ਪਿੰਡ ਦਾ ਨਾਮ ਤੁਹਾਨੂੰ ਜਾਮਸੀ ਦੀ ਹਾਂਜੀ ਹਾਂਜੀ ਸਾਰੇ ਭੈਣ ਭਾਈ ਜਾਮਸੀ ਦੀ ਰੱਬ ਦੱਸਾਂ ਨੂੰ ਜਾਮਸੀ ਦੀ ਮੇਰੀ ਗਵਾਹੀ ਇਹ ਆ ਮੇਰਾ ਨਾਮ ਕੀ ਹੈ ਮਾਨਤ ਮਾਨਤ ਕਿਸ ਜਗ੍ਹਾ ਤੋਂ ਆਏ ਬਡਾਲੀ ਤੋਂ ਤੁਸੀਂ ਗੁਰੂ ਕੀ ਬਡਾਲੀ ਤੋਂ ਹਾਂਜੀ ਨਾ ਮੇਰਾ ਮਾਨਤ ਆ ਤੁਹਾਡਾ ਨਾਮ ਮਾਨਤ ਦੀ ਗੁਰੂ ਕੀ ਬਡਾਲੀ ਤੋਂ ਆਏ ਹਾਂਜੀ ਹਾਂਜੀ ਅਤੇ ਮੇਰੀ ਗਵਾਹੀ ਇਹ ਆ ਕਿ ਕੁਛ ਦਿਨ ਹੀ ਤਾਂ ਮੇਰਾ ਇੱਥੇ ਕੱਖ ਲੱਗ ਗਿਆ ਹੱਥ 'ਤੇ ਜੀ ਜੀ ਬਹੁਤ ਚਿਰ ਮੈਂ 3 ਮਹੀਨੇ ਮੰਜੀ 'ਤੇ ਪਿਆ ਸੰਤ ਵੱਡੇ ਜਾਂਦੇ ਰਹੇ ਪ੍ਰਾਰਥਨਾ ਕਰਕੇ ਆਉਂਦੇ ਰਹੇ ਆਉਂਦੇ ਮਾਨਤ ਕੋਈ ਗੱਲ ਨਹੀਂ ਦੁਵੇਸ਼ਾ ਸਾਨੂੰ ਤਾਲੀਆਂ ਵਜਾਏਗਾ ਕੋਈ ਗੱਲ ਨਹੀਂ ਕਿ ਸਾਰਾ ਕੁਛ ਸਹੀ ਹੋਏਗਾ ਚਲੋ ਜੀ ਸੰਤਾਂ ਨੇ ਆਪਣੀ ਪਾਹ ਲਾਈ ਅਤੇ ਚਲੋ ਥੋੜ੍ਹੀ ਬਹੁਤੀ ਅਸੀਂ ਮੈਡੀਸਿਨ ਵੀ ਖਾਧੀ ਥੋੜ੍ਹੀ ਬਹੁਤੀ ਦਵਾਈ ਵੀ ਖਾਧੀ ਬਿਲਕੁਲ ਬਿਲਕੁਲ ਅਤੇ ਕਿਉਂਕਿ ਦਰਦ ਹੁੰਦੀ ਸੀ ਅਤੇ ਦਵਾਈ ਖਾਣੀ ਪੈਂਦੀ ਸੀ ਅਤੇ ਉਹਨੂੰ ਜਦੋਂ ਮਾਨ ਨਹੀਂ ਹੁੰਦਾ ਅਤੇ ਜਦੋਂ ਮਤਲਬ ਕਿ ਤੇਲ ਲਾਜਦਾ ਸੀ ਜਦੋਂ ਠੰਡ ਪੈ ਜਾਂਦਾ ਵੀ ਸੀ ਅਤੇ ਮਤਲਬ ਕਿ ਮਾਨ ਆਇਆ ਕੁਛ ਚਿਰ ਬਾਅਦ ਅਤੇ ਇੰਨੀ ਕੁ ਮੇਰੀ ਗਵਾਹੀ ਆ ਸਾਰੇ ਭੈਣ ਭਾਈ ਬਿਲਕੁਲ ਠੀਕ ਹੋ ਗਿਆ ਜੀ ਨਾਲ ਪ੍ਰੇਅਰ ਕਰਦੇ ਰਹੇ ਹਾਂਜੀ ਪ੍ਰੇਅਰ ਕਰਦੇ ਦਾਸ ਪ੍ਰੇਅਰ ਕਰਦੇ ਰਹੇ ਔਰ ਤੁਹਾਨੂੰ ਆਇਲ ਬਣਾ ਕੇ ਦਿੱਤਾ ਨਾ ਪ੍ਰੇਅਰ ਵਾਲਾ ਹਾਂਜੀ ਹਾਂਜੀ ਲਗਾਤਾਰ ਤੁਸੀਂ ਲਾਉਣਾ ਸ਼ੁਰੂ ਕੀਤਾ ਬਿਲਕੁਲ ਜੀ ਲਗਾਤਾਰ ਚਰਚਾਉਣਾ ਸ਼ੁਰੂ ਕੀਤਾ ਹਾਂਜੀ ਇਸ ਹੱਥ ਉੱਤੇ ਆਪਣਾ ਹੱਥ ਦਿਖਾਓ ਆਪਣਾ ਹੱਥ ਸਾਹਮਣੇ ਇਹ ਹੱਥ ਮੇਰਾ ਇੱਥੇ ਹੋਇਆ ਸੀ ਸਾਹਮਣੇ ਕਰੋ ਸਾਹਮਣੇ ਕਰੋ ਆਪਣਾ ਹੱਥ ਸਿੱਧਾ ਕਰੋ ਹਾਂ ਦਿਖਾਓ ਦਿਖਾਓ ਬਿਲਕੁਲ ਬਿਲਕੁਲ ਸਹੀ ਆ ਅਤੇ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਤਾਰੀ ਵੀ ਵਜਾ ਸਕਦਾ ਹਰੇ ਕੋਈ ਚੀਜ਼ ਕਰ ਸਕਦਾ ਪਰ ਅਜੇ ਮੈਨੂੰ ਥੋੜ੍ਹਾ ਜਿਹਾ ਮਹਿਸੂਸ ਹੁੰਦਾ ਵਿੱਚ ਫਿਰ ਜਿੱਦਾਂ ਕੋਈ ਚੀਜ਼ ਮਤਲਬ ਕਿ ਵੱਧ ਕੇ ਗਈ ਆ ਪਰ ਮੈਂ ਪਰਵਾਹ ਨਹੀਂ ਕਰਦਾ ਫਿਰ ਮੈਂ ਗੁੱਠ ਮੀਟ ਰਹਿੰਦਾ ਕੋਈ ਗੱਲ ਨਹੀਂ ਬਿਲਕੁਲ ਕੰਮ ਕਰ ਅਤੇ ਤੇਲ ਮਾ ਲਾਉਂਦਾ ਆ ਅਤੇ ਕਿਸੇ ਵਿੱਚੋਂ ਮਾੜਾ ਜਿਹਾ ਜੇ ਮਹਿਸੂਸ ਹੁੰਦਾ ਮੈਂ ਆਪਣੇ ਜਦੀ ਗਵਾਈ ਦਿੰਦਾ ਮੈਂ ਸਾਧ ਸੰਗੀਤਾ ਹੋ ਜੂਗਾ ਅਤੇ ਫਿਰ ਮੈਂ ਗਵਾਈ ਦਊਂ ਪਰ ਰਹਿੰਦੀ ਕਮੀ ਪਰਮੇਸ਼ਰ ਨੇ ਫਿਰ ਮੈਨੂੰ ਸਹੀ ਸਲਾਮ ਦਾ ਕਿਹਾ ਮੈਨੂੰ ਡਾਕਟਰ ਕਹਿੰਦਾ ਸੀ ਕਿ ਤੇਰਾ ਹੱਥ ਵੱਢਣਾ ਪੈਣਾ ਆ ਆਓ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਜੇ ਮੈਂ ਪਰਮੇਸ਼ਰ ਨੂੰ ਮਰਜ਼ੀ ਹੋਊ ਤਾਂ ਜੋ ਪਰਮੇਸ਼ਰ ਨੇ ਕਰਨਾ ਉਹਦੇ ਵਿੱਚ ਚੱਲੇ ਹਾਂ ਜੋ ਕਰਨਾ ਕਰ ਦੂਗਾ ਅਤੇ ਕੋਈ ਗੱਲ ਨਹੀਂ ਫਿਰ ਦਸ ਨੇ ਸਾਡੇ ਵਾਸਤੇ ਪ੍ਰਾਰਥਨਾ ਕੀਤੀ ਬਹੁਤ ਅਤੇ ਉਹਨਾਂ ਦੀ ਪ੍ਰਜਾ ਨਾਲ ਆਪਾਂ ਇੱਥੋਂ ਤੱਕ ਉੱਪੜੇ ਹਾਂ ਅਤੇ ਸਾਰੇ ਭੈਣ ਭਾਈਆਂ ਜਾਣ ਦੇ ਨੇ ਹੱਥ ਵੱਢਣ ਤੋਂ ਬਚਾਇਆ ਉਹਨਾਂ ਸੋਤੇ ਨੂੰ ਸਹੀ ਕਰਤਾ ਹਾਂਜੀ ਡਾਕਟਰੀ ਸੋਚ ਫੇਲ ਹੋ ਗਈ ਆ ਹਾਂਜੀ ਕਿਉਂਕਿ ਪ੍ਰਭੂ ਸਭ ਕੁਝ ਕਰ ਸਕਦਾ ਹਾਂਜੀ ਤਾਰੀਫ ਕਰੋ ਸਭ ਜ਼ੋਰ ਦੇ ਨਾਲ